ਸ਼ਾਸਤਰੀਕਾਲ ਜੀ ਫਤਿਹ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ। ਇਸ ਵਾਰ ਪਹੁੰਚੀ ਹਾਂ ਪਿੰਡ ਬਡਰਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਦਰਬਾਰ ਲੱਖਦਾਤਾ ਜੀ ਦੇ ਸਥਾਨ 'ਤੇ ਸਮੂਹ ਨੰਗਨ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਲੱਖਦਾਤਾ ਜੀ ਦੇ ਯਾਦ ਵਿੱਚ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮਧਾਮ ਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰਪਾਲ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬਾਬਾ ਜੋਗਿੰਦਰਪਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ 'ਚ ਫੱਕਰ ਫਕੀਰਾਂ ਅਤੇ ਕਲਾਕਾਰਾਂ ਨੇ ਪੁੱਜ ਕੇ ਹਾਜ਼ਰੀ ਭਰੀ। ਕੈਮਰਾਮੈਨ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਮੈਂ ਹਰਵਿੰਦਰ ਸਿੰਘ ਭੁੰਗਲੀ ਫਤਿਹ ਨਿਊਜ਼ ਚੈਨਲ ਹੁਸ਼ਿਆਰਪੁਰ। ਗੁਰੂ ਬਣਦਾ ਏ, ਗੱਲਾਂ ਚੋਂ ਗੱਲ ਨਿਕਲਦੀ ਏ, ਉਹ ਗੱਲਾਂ ਚੋਂ ਵੱਜਦਾ ਫਿਰਦਾ। ਨਾ ਸੱਥ ਵੇਲੀ ਨਾ ਤੱਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ, ਨਾ ਸੱਥ ਵੇਲੀ ਨਾ ਤੱਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ। ਇਸ਼ਕ ਹੈ ਬਾਬਿਓ ਗਲੀਆਂ 'ਚ ਨਚਾਉਂਦਾ ਹੈ। ਸਖੀ ਸੁਲਤਾਨ ਪੀਰ ਲਾਲਾਂ ਵਾਲਾ ਵੀ ਕਹਿੰਦੇ ਨੇ, ਜਿਹਨੇ ਗਾਨੀ ਬੀਬੀ ਤਾਰਤੀ ਮੋਇਆ ਲਾਲ ਕਲਾਇਆ, ਭਾਗਣ ਗੁਜਰੀ ਤੌਰਤੀ ਉਸਰ ਝੋਟੀਆਂ ਨਾਲ ਦੋਜ ਪਿਆ, ਮੀਰ ਛੱਲੇ ਨੂੰ ਤਾਰਿਆ ਫਲ ਬਣਾ ਲਾਇਆ, ਈਸਾ ਬਾਣੀਆਂ ਤਾਰਿਆ ਲੱਖੀ ਬਣ ਚਲਾਇਆ, ਉਹ ਫੇਰੂ ਬ੍ਰਾਹਮਣ ਤਾਰਿਆ ਦੇਹੀ ਦਾ ਕੁਣ ਗਮਾਇਆ, ਪਿਰਥ ਜੱਟ ਨੂੰ ਤਾਰਿਆ ਬਿਨਾਂ ਧੁਰਾਂ ਤੋਂ ਗੱਡਾ ਚਲਾਇਆ, ਜਿਹਨੇ ਜਲ ਵਾਲੀ ਮਛਲੀ ਤਾਰਤੀ ਲੱਗਿਆ ਜਾਲ ਕਲਾਇਆ, ਜਿਹਨੇ ਜਲ ਵਾਲਾ ਕੱਚੂ ਤਾਰਿਆ ਵਿੱਚ ਨਗਾਹੇ ਕਰਨ ਸਲਾਮਾ ਆਇਆ, ਔਰ ਰੋਹੀ ਵਾਲੀ ਹਾਰਨੀ ਤਾਰਤੀ ਵਿਛੜਿਆ ਵਕਤ ਮਲਾਇਆ, ਦਾਈ ਗਲੀਮਾ ਤਾਰਤੀ ਦਿਸਣ ਅੱਖਾਂ ਤੋਂ ਲਾਇਆ, ਜਿਹਨੇ ਲੱਖੀ ਬੰਜਾਰਾ ਤਾਰਿਆ ਡੁੱਬਦਾ ਜਹਾਜ਼ ਬੰਨੇ ਲਾਇਆ, ਜਿਹਨੇ ਰੂੜੀ ਮਾਤਾ ਤਾਰਤੀ 12 ਸਾਲ ਬਾਅਦ ਬੇੜਾ ਬੰਨੇ ਲਾਇਆ। ਕੀ ਦਿੱਤਾ ਪੀਰ ਮੇਰੇ ਨੇ ਗਿਣਿਆ ਗਿਣਲੀ।